ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਮੈਨੇ ਸਵੇਰ ਦੇ 5 ਤੇ ਮੈਂ ਹੁਣ ਬਾਬਾ ਜੀ ਦਾ ਪ੍ਰਕਾਸ਼ ਕਰਨ ਨਾਲੇ ਤਾਂ ਦਿਖਾਉਂਦੇ ਆਪਣੇ ਬਾਬਾ ਜੀ ਦੇ ਰੂਮ ਉੱਧਰ ਜਾ ਕੇ ਹੁਣ ਲਾਈਟ ਆਫ ਕਰ ਬਾਬਾ ਜੀ ਦਾ ਪ੍ਰਕਾਸ਼ ਕਰਾਂਗੇ ਹੁਣ ਪਹਿਲਾਂ ਆਫ ਕਰੀਏ ਆਪਾਂ ਕਰਨੇ ਪਹਿਲਾਂ ਬਾਬਾ ਜੀ ਦਾ ਪ੍ਰਕਾਸ਼ ਫਿਰ ਤੁਹਾਨੂੰ ਮਿਲਦੇ ਹਾਂ ਨਾਲੇ ਜੋਤ ਜਗਾ ਲਈਏ ਪ੍ਰਕਾਸ਼ ਕਰ ਲਈਏ ਪਹਿਲੇ ਫਿਰ ਮਿਲਦੇ ਆਪਾਂ ਪਾਠ ਕਰਕੇ ਤੁਹਾਨੂੰ ਸਵੇਰੇ ਮੇਰੀ ਰੂਟੀਨ ਇਹੀ ਹੈ ਹਰਮੀਤ ਹੁਣੇ ਸੁੱਤੇ ਹੋਏ ਸੀ ਫਿਰ ਮੈਂ ਪ੍ਰਕਾਸ਼ ਕਰਨਾ ਹੁੰਦਾ ਸ਼ਾਮ ਨੂੰ ਹਰਮੀਤ ਕਰਦੇ ਹੁੰਦੇ ਸੇਵਾ ਬਾਬਾ ਜੀ ਦੀ ਬਾਏ ਪਾਠ ਕਰ ਲਈਏ ਫਿਰ ਮਿਲਦੇ ਚਾਹ ਪੀ ਕੇ ਹੁਣ ਪਾਣੀ ਦੇਵਾਂ ਪੱਤੀ ਵਾਲਾ ਫਿਰ ਆਪਣੀ ਚਾਹ ਬਣਾਵਾਂਗੇ ਵਧੀਆ ਪਾਣੀ ਦੀ ਉੱਦਾਂ ਮੰਮਾ ਚਾਹ ਬਣਾ ਲੈਂਦੇ ਜਿਹੜਾ ਮੈਂ ਪ੍ਰਕਾਸ਼ ਕਰਕੇ ਆਉਂਦੀ ਬਾਬਾ ਜੀ ਦਾ ਪਰ ਹੁਣ ਅੱਜ ਮੰਮਾ ਥੋੜ੍ਹਾ ਠੀਕ ਜਿਹਾ ਫੀਲ ਕਰ ਰਹੀ ਸੀ ਗਲੇ ਖਰਾਬ ਕਰਕੇ ਅਤੇ ਇਸ ਕਰਕੇ ਚਾਹ ਲਿਆ ਕੇ ਆਪ ਬਣਾ ਰਹੀ ਹਾਂ ਪਾਣੀ ਦੇ ਕੇ ਆਏ ਮੈਂ 5 ਵਜੇ ਉੱਠ ਕੇ ਹੁਣ ਪਹਿਲਾਂ ਬਾਬੇ ਦਾ ਪ੍ਰਕਾਸ਼ ਕਰ ਆਈ ਸੀ ਅਤੇ ਹੁਣ ਚਾਹ ਬਣਾਉਣ ਲੱਗੀ ਅਤੇ ਮੰਮਾ ਦਾ ਥੋੜ੍ਹਾ ਠੀਕ ਨਹੀਂ ਹੈਗੇ ਸੀ ਅਤੇ ਮੈਂ ਕਿਹਾ ਤੁਸੀਂ ਗਰਾਰੇ ਕਰੋ ਪੱਤੀ ਵਾਲੇ ਪਾਣੀ ਦੇ ਪੱਤੀ ਬੋਇਲ ਕਰਕੇ ਪਾਣੀ ਦੇ ਗਰਾਰੇ ਕਰ ਲਓ ਨਾ ਤੁਹਾਡਾ ਗਲਾ ਜੋ ਬੈਠਾ ਹੋਇਆ ਮੰਮਾ ਦਾ ਥੋੜ੍ਹਾ ਥੋੜ੍ਹਾ ਲੱਗ ਰਿਹਾ ਠੰਡੇ ਚੀਜ਼ਾਂ ਖਾਣਾ ਤੋਂ ਸਹੀ ਹੋ ਜਾਏਗਾ ਮੰਮਾ ਪੱਤੀ ਵਾਲੇ ਪਾਣੀ ਗਰਾਰੇ ਕਰਨਗੇ ਫਿਰ ਮੈਂ ਚਾਹ ਬਣਾ ਲਵਾਂਗੀ ਬਾਅਦ ਵਿੱਚ ਜਿਹੜਾ ਪਾਣੀ ਵਧੇਗਾ ਅਨੰਤ ਹੁਣੇ ਸਾਰੇ ਸੁੱਤੇ ਹੈਗੇ ਡੈਡੀ ਨਾਲ ਆ ਰਹੇ ਨੇ ਮੈਂ ਬਸ ਉਠਾ ਕੇ ਫਿਰ ਚਾਹ ਪੀਂਦੇ ਹਰਮੀਤ ਨੂੰ ਸਵੇਰ ਦੀ ਕੁਛ ਸਾਡਾ ਬਾਹਰ ਦਿਨ ਚੜ੍ਹ ਗਿਆ ਚਿੱਟਾ ਪਾਣੀ ਰਹਿ ਕੇ ਚਾਹੀਦਾ ਫਿਰ ਗਰਾਰੇ ਕਰ ਲੈਣਗੇ ਮਿੱਠੂ ਰਸ ਖਾਏਗਾ ਚਾਹ ਪੀਣ ਲੱਗੇ ਤਾਂ ਹੁਣ ਕਹਿੰਦਾ ਮੈਂ ਰਸ ਖਾਣੇ ਰਸ ਦੇ ਕੇ ਕਿੰਨੀ ਜਲਦੀ ਆਉਂਦਾ ਥੋੜ੍ਹਾ ਤੋੜ ਕੇ ਦੇ ਦਿਓ ਉਹ ਚਲ ਗਿਆ ਛੋਟਾ ਜਿਹਾ ਪੀਸ ਮੰਮੀ ਤੂੰ ਆਪਾਂ ਰਸ ਖਾਣਾ ਹੈ ਵੇਖ ਲੈਣਾ ਮੰਮਾ ਦਾ ਰਸ ਖਾਣਾ ਨਹੀਂ ਉੱਧਰ ਪਰੇ ਹੋ ਗਈ ਹੈ ਮਿੱਠੂ ਰਸ ਖਾ ਰਿਹਾ ਸੀ ਮਿੱਠੂ ਕਿੱਦਾਂ ਖਾ ਰਿਹਾ ਕਿਉਂ ਇੱਕ ਲੱਤ ਨਾਲ ਫੜਿਆ ਹੋਇਆ ਪੈਰ ਨਾਲ ਮਿੱਠੂ ਏ ਕਿੱਡੇ ਮਜ਼ੇ ਨਾਲ ਲੱਗਾ ਭੁੱਖ ਲੱਗੀ ਨਹੀਂ ਨਾ ਇਹਨੂੰ